ਜਦੋਂ ਆਇਆ ਨਾ ਪਾਕਿਸਤਾਨ ਭੁੱਖੇ ਤਾਂ ਚੁਆੜਿਆਂ ਵਾਲੀ ਤਿੱਕਣ ਅਸੀਂ ਵੱਢ ਚੁੱਕੇ ਨੇ। ਗਾਹ ਅਸੀਂ ਕਰ ਕਰਕੇ ਨਾ ਪਸ਼ੂਆਂ ਨੂੰ ਲਿਆ ਕੇ ਪਾਇਆ। ਉਦੋਂ ਭੋਲੀ ਆ ਕੰਡਿਆਂ ਵਾਲੀ ਭੋਲੀ ਹੁੰਦੀ ਹੈ। ਤੇ ਸਹੇਲੀਆਂ ਨਾਲ ਖੇਡਦੀਆਂ ਕੀ ਸੀਗੀਆਂ, ਕੋਈ ਗੀਟੇ ਜਾਂ ਹੋਰ ਕੁਛ? ਸਾਡੀ ਤਾਂ ਤਾੜੀਆਂ ਹੀ ਹੁੰਦੀਆਂ। ਤਾੜੀਆਂ ਮਤਲਬ ਗਿੱਧਾ ਫਟੋਲੇ ਹੀ ਹੁੰਦੇ ਆ, ਹੋਰ ਕੀ ਹੋਣਾ। ਸ਼ਗਨਾਂ ਦੀ ਮਹਿੰਦੀ ਤੇ ਬਰਾਤ ਆਉਂਦੀ ਕਿਵੇਂ ਸੀਗੀ, ਪੈਦਲ ਹੀ ਚੱਲ ਕੇ? ਤੁਹਾਨੂੰ ਦੱਸ ਦਿੱਤਾ ਨਾ ਵੀ ਇੱਥੋਂ ਗਏ ਚੱਕ ਪੱਖੀ ਚੜ ਗਏ, ਹਾਂਜੀ, ਤੇ ਸਰਸੇ ਜਾ ਤੇ ਉੱਤਰ ਗਏ। ਇੱਕ ਢੋਲ ਬਸ, ਜਾਂ ਕੋਈ ਵੱਡੇ ਤੋਂ ਵੱਡਾ ਤਾਂ ਅੰਗਰੇਜ਼ੀ ਵਾਜੇ ਜ਼ਰੂਰ ਲੈ। ਘਰ ਦੇ ਵਿੱਚ ਜਦੋਂ ਗਿੱਧਾ ਜਾਂ ਬੋਲੀਆਂ ਪਾਉਂਦੀਆਂ ਹੋਣੀਆਂ, ਕਿਹੋ ਜਿਹੀਆਂ ਬੋਲੀਆਂ ਹੁੰਦੀਆਂ ਸੀ, ਕੋਈ ਯਾਦ ਹੈਗਾ ਤੁਹਾਨੂੰ ਵੀ ਆਹ ਵਾਲੀ ਬੋਲੀ ਪਾਉਂਦੇ ਹੋ ਤੇ ਬੜੀ ਮਸ਼ਹੂਰ ਸੀਗੀ ਉਦੋਂ? ਪੁੱਤਰ ਦਾ ਵਿਆਹ ਹੋਇਆ ਤਾਂ ਘੋੜੀਆਂ ਬੋਲਦੀਆਂ। ਘੋੜੀ ਕੋਈ ਯਾਦ ਹੋਵੇ? ਯਾਦ ਤਾਂ ਸਾਰੀਆਂ ਵਾਧੂ ਹੀ ਨੇ। ਸੁਣਾ ਦਿਓ, ਸੁਣਾ ਦਿਓ ਮਾਤਾ ਇੱਕ ਦੀ। ਪਿੰਡ ਦੇ ਵਿੱਚ ਤੁਹਾਡਾ ਉੱਥੇ ਭਾਈਚਾਰਾ ਕਿਵੇਂ ਹੈਗਾ ਸੀ? ਤੁਸੀਂ ਕੋਈ ਬੜਾ ਵਧੀਆ ਸੀਗਾ ਜਿਹੜਾ ਲੰਬਰਦਾਰ ਸਾਡਾ ਨਾ, ਇੱਕ ਬਰਾਤ ਆ ਬਹੁਤ ਚੰਗਾ, ਉਹ ਸਾਡੇ ਨਾਲ ਪੂਰਾ ਸੋਹਣਾ ਵਰਤਾ ਜਿਹੜਾ ਇੱਕ ਆ। ਅੱਛਾ, ਨਹੀਂ ਤੇ ਫਿਰ ਜਦੋਂ ਉੱਥੇ ਉਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਸੀ, ਹਾਂਜੀ, ਘਰ ਕੱਚੇ ਹੁੰਦੇ ਸੀ ਤੁਹਾਡੇ, ਹੈ ਨਾ? ਪੱਕੇ ਸੀ ਵੀ ਆਏ, ਕਈਆਂ ਦੇ ਪੱਕੇ ਵੀ ਆਏ। ਫਿਰ ਉੱਥੋਂ ਜਦੋਂ ਮਿੱਟੀ ਗਾਰਾ ਲਾਉਣਾ ਘਰਾਂ ਨੂੰ ਤਾਂ ਸਾਰੀਆਂ ਬੁੜੀਆਂ ਜਾਂ ਔਰਤਾਂ ਇਕੱਠੀਆਂ ਹੋ ਕੇ ਲਾਉਂਦੀਆਂ ਸੀ ਕਿ ਇੱਥੇ ਲਾਈ ਉੱਥੇ ਛੱਡ ਤੇ? ਅੱਛਾ, ਇੱਥੇ ਸਾਰਾ ਕੁਝ ਕੀਤਾ, ਹੁਣ ਰੱਬ ਨੇ ਦਿੱਤੇ ਨੇ ਐਡੀ ਐਡੀ ਫਾੜੀਆਂ ਹੋ ਗਈਆਂ। ਜਦੋਂ ਵੱਡੇ ਬੇਟੇ ਦਾ ਵਿਆਹ ਕੀਤਾ ਨਾ, ਬਾਰਿਸ਼ਾਂ 'ਚ ਬਹੁਤ ਇੱਥੇ ਤਾਂ ਐਡਾ ਐਡਾ ਪਾਣੀ, ਇੱਥੇ ਬੰਨ ਪਾ ਕੇ ਬੈਠੇ ਰਹੇ, ਅਤੇ ਉਹਨਾਂ ਦੇ ਵਿੱਚ ਹੀ ਵੱਡੇ ਕਾਕੇ ਦਾ ਵਿਆਹ ਕੀਤਾ। ਇੰਨਾ ਇੰਨਾ ਅੱਗੂ ਤੁੱਕੇ ਦੋਵਾਂ ਪਾਸੇ ਇਹਨਾਂ ਦੇ ਆਪਣੇ ਛਤੀਰਾਂ ਦੇ ਲਿੱਤੇ ਪਏ, ਤਿੰਨ ਛਤੀਰਾਂ ਦਾ ਮਕਾਨ ਆ ਸਾਡਾ, ਮਾਲ ਵਾਸਤੇ ਪਹਿਲੇ ਪਾਇਆ ਅਸੀਂ ਉਹਦੇ ਅੱਗੇ। ਬਾਬ ਗੱਲ ਕੀਤੀ ਨਾ ਵੀ ਅਸੀਂ ਉਹਦੇ ਰਹਿੰਦੇ, ਥਾਂ ਥੋੜ੍ਹੀ ਸੀ। ਚਰਖੇ ਵੀ ਕਰਦੀਆਂ ਹੁੰਦੀਆਂ ਸੀ ਫਿਰ? ਚਰਖੇ ਤਾਂ ਫਿਰ ਹੁਣ ਕੱਤੇ, ਸਾਰਾ ਕੁਛ ਹੀ ਕੀਤਾ, ਖੇਤਾਂ ਕੀ ਨਹੀਂ ਕੀਤਾ, ਚਰਖੇ ਤਾਂ ਚਰਖੇ ਹੀ ਰਹਿ ਗਏ। ਚੌਕੀਆਂ ਕਾਰ ਇਹ ਵੇਣ ਥੋੜ੍ਹੀ ਹੁੰਦੀ ਹੈ, ਉਹਦੇ ਵਿੱਚ ਨਰਮੇ ਖੜੇ ਦੇ ਵਿੱਚ ਕਣਕ ਚੋਕਦੀ। ਅੱਛਾ, ਕੀ ਨਹੀਂ ਕੀਤਾ। ਜਦੋਂ ਆਇਆ ਨਾ ਪਾਕਿਸਤਾਨ ਭੁੱਖੇ ਤਾਂ ਚੁਆੜਿਆਂ ਵਾਲੀ ਤਿੱਕਣ ਅਸੀਂ ਵੱਢ ਚੁੱਕੇ ਨੇ। ਗਾਹ ਅਸੀਂ ਕਰ ਕਰਕੇ ਨਾ ਪਸ਼ੂਆਂ ਨੂੰ ਲਿਆ ਕੇ ਪਾਇਆ। ਉਦੋਂ ਭੋਲੀ ਆ ਕੰਡਿਆਂ ਵਾਲੀ ਭੋਲੀ ਹੁੰਦੀ ਹੈ, ਭੋਲੀ ਹੁੰਦੀ ਹੈ, ਭੋਲੀ ਹੁੰਦੀ ਹੈ ਕੰਡਿਆਂ ਵਾਲੀ, ਅਤੇ ਖੋਤੀਆਂ ਆ ਸਾਡੇ ਕੋਲ ਸਵਾਰੀਆਂ ਹੁੰਦੀਆਂ ਨੇ, ਖੋਤੀਆਂ ਲੈ ਗਿਆ ਅਤੇ ਉੱਥੋਂ ਪੱਟ ਕੇ ਅਤੇ ਉੱਤੇ ਖੋਤੀਆਂ ਦੇ ਲੱਦ ਕੇ ਅਤੇ ਖਰੇ ਲਿਆ ਅਤੇ ਪਸ਼ੂਆਂ ਨੂੰ ਨਹੀਂ ਤੇ ਕਰਕੇ ਟੋਕੇ ਨਾਲ ਪਾਉਣਾ। ਉਦੋਂ ਨਹੀਂ ਇੰਨਾ ਅੱਕਦੀਆਂ ਥੱਕਦੀਆਂ ਨਹੀਂ ਸੀਗੀਆਂ, ਹੁਣ ਤਾਂ ਹੁਣ ਵਾਲੀਆਂ ਥੱਕਣ ਪਈਆਂ ਥੱਕਦੀਆਂ ਗੀਆਂ। ਤਾਂ ਕਹਿੰਦੇ ਤੁਸੀਂ ਕਿਉਂ ਖਾਧਾ? ਮੈਂ ਕਿਹਾ ਅਸੀਂ ਕਿਉਂ ਨਹੀਂ ਖਾਧਾ, ਅਸੀਂ ਦੇਣ ਨੂੰ ਕਮਾਇਆ। ਉਹ ਵੀ ਜਿਹੜਾ ਮਾਲਕ ਨੇ ਦਿੱਤਾ ਸੁੱਚਾ ਸੁੱਚਾ, ਉਹ ਵੀ ਖਾਧਾ। ਜਦੋਂ ਪਸ਼ੂ ਬੂਹੇ 'ਚ ਹੈ ਤਾਂ ਕੀ ਨਹੀਂ ਖਾਂਦਾ? ਸਬਜ਼ੀ ਵਿਓ ਵਾਲੀ ਮਾਣ ਜੋ ਤਾਂ ਜੋ ਭਾਵੇਂ ਕਿਤਨੇ ਆ ਚਸਕੇ ਲੱਭੇ ਪੈਣ ਦੁਨੀਆਂ ਨੂੰ, ਇਹਨਾਂ ਤੋਂ ਸਬਜ਼ੀ ਵੀ ਵਾਧੂ ਆਈ। ਸਹੇਲੀਆਂ ਵੀ ਹੈਗੀਆਂ ਸੀ ਤੁਹਾਡੀਆਂ ਵਾਧੂ, ਕੋਈ ਨਾਮ ਯਾਦ ਹੋਵੇ? ਹੁਣ ਯਾਦ, ਹੁਣ ਉਹ ਵਿਚਾਰੀਆਂ ਖਰੇ ਮਾਰ ਖੱਪ ਗਈਆਂ, ਸ਼ਾਇਦ ਉਹ ਵੇਖਦੀਆਂ ਪਈਆਂ ਹੁਣ ਤੁਹਾਡੀ ਗੱਲ, ਸੁਣਦੀਆਂ ਪਈਆਂ ਹੁਣ ਵੀ ਪਛਾਣ ਲੈਣ ਤੁਹਾਨੂੰ। ਮੁਸ਼ਕਲ ਹੈ। ਅੱਛਾ, ਕੀ ਉਹਨਾਂ ਦੇ ਨਾਲ ਕੀ ਕਰਦੀ ਆਉਂਦੀ ਸੀ, ਕਿਸ ਕੀ ਖੇਡਦੀ ਆਉਂਦੀਆਂ ਸੀ ਉਹਨਾਂ ਦੇ ਨਾਲ ਬਚਪਨ 'ਚ? ਬਚਪਨ 'ਚ ਕੀ ਖੇਡਣਾ, ਬਾਹਰ ਗਿਆ ਸਾਡੇ ਕੋਲ ਪਿੰਡ ਦੇ ਨਾਲ ਬਹੁਤ ਵੱਡੀ ਸੁਹਾਗ ਆਈ ਦੁਆਲੇ ਦੁਆਲੇ ਪਿੰਡ ਦੀ। ਇਹ ਸੁਹਾਗ ਕੀ ਹੁੰਦੀ ਮਾਤਾ? ਸੁਹਾਗ ਜਿਵੇਂ ਸੇਮ ਨਾਲ ਆ ਉਹ ਵੱਡਾ। ਅੱਛਾ, ਉਸੇ ਤਰ੍ਹਾਂ ਕਦੇ ਉਹ ਸਾਡੇ ਸਮਾਜ ਤੋਂ ਅੱਗੇ ਹੀ ਹੋਵਾ ਹੈ ਉਹ ਗਿਆ, ਉਹ ਸਾਡੇ ਪਿੰਡ ਦੇ ਦੁਆਲੇ ਦੁਆਲੇ ਆ, ਸਾਡੇ ਖੇਤ ਵਾਲੇ ਬਾਹਰ ਸਾਡੇ ਖੇਤ ਆ ਸਾਰਿਆਂ। ਅੱਛਾ, ਅਸੀਂ ਤਾਂ ਵੇਖਾ ਨਹੀਂ ਬਣਦਾ, ਫਿਰ ਨਹਿਰਾਂ ਅੱਗ ਬਣ ਗਈਆਂ, ਉਹ ਆਵਾਜ਼ ਗੈਰ ਆਵਾਜ਼ ਹੋ ਗੈਰ ਆਵਾਜ਼ ਹੋ ਗੈਰ ਕੁਝ ਰਾਹ ਦੀ ਫਾਟ ਹੀ ਆਈ। ਅੱਛਾ, ਉਹਨੂੰ ਕਹਿੰਦੇ? ਹਾਂ, ਉਹਨੂੰ ਸੁਹਾਗ ਅਸੀਂ ਕਹਿੰਦੇ। ਉਹਦੇ ਵਿੱਚ ਬੂਟੇ ਬਾਟੇ ਬਹੁਤ ਗੰਦ, ਚਲ ਉਹ ਜਿਹੜੇ ਜਿਹਨਾਂ ਜਿਹਨਾਂ ਦੇ ਖੇਤ ਦੇ ਨੇੜੇ ਆਏ ਉਹਨਾਂ ਸਭ ਪੱਟ ਪੁੱਟ ਕੇ ਬਣਾ ਲਏ, ਉੱਥੇ ਬੀਜਦੇ ਆ ਸਰਦੀ ਦੀ ਗੋਂਗਲੂ ਅਤੇ ਇਹ ਜਿਹੇ ਚੀਜ਼ਾਂ ਬੀਜ ਲੈਂਦੇ ਆ ਪਸ਼ੂਆਂ ਵਾਸਤੇ। ਵਿੱਚੇ ਖੁਰਲੀਆਂ ਲੈ ਜਾਣੀਆਂ, ਵਿੱਚੇ ਪੱਟ ਪੱਟ ਕੇ ਪਾਉਣੇ, ਅਤੇ ਸਾਰਾ ਕੰਮ ਉੱਥੇ ਪਸ਼ੂਆਂ ਕੋਲ ਰਹਿਣਾ, ਪਾਣੀ ਹੁੰਦਾ ਹੀ ਨਹੀਂ ਆ ਤਾਂ ਸੁੱਕੀ ਥਾਂ 'ਤੇ, ਤਾਂ ਫਿਰ ਸਾਰਾ ਕੁਝ। ਅਤੇ ਸਹੇਲੀਆਂ ਨਾਲ ਖੇਡਦੀਆਂ ਕੀ ਸੀਗੀਆਂ?
ਕੋਈ ਗੀਟੇ ਜਾਂ ਹੋਰ ਕੁਛ? ਸਾਡੀ ਤਾਂ ਉਹ ਤਾੜੀਆਂ ਹੀ ਹੁੰਦੀਆਂ। ਤਾੜੀਆਂ ਮਤਲਬ ਗਿੱਧਾ ਪਟੋਲੇ ਹੀ ਹੁੰਦੇ ਆ, ਹੋਰ ਕੀ ਹੋਣਾ ਸਾਡਾ। ਅੱਛਾ, ਗੁੱਡੀਆਂ ਪਟੋਲੇ ਜਿਹੜੇ ਅੱਜ ਬੱਚੇ ਅੱਜ ਤਾਂ ਘੱਟ ਹੀ ਖੇਡਦੇ ਵੈਸੇ, ਹੈ ਨਾ? ਕਿੰਨਾ ਖੇਡਣਾ ਗੁੱਡੀਆਂ ਪਟੋਲੇ, ਇੰਨਾ ਹੀ ਕੋਈ ਨਹੀਂ। ਉਹ ਰਬੜ ਵਾਲੇ ਦੁਨੀਆ ਵੇਖੀ ਜਾਂਦੀ ਤੇ ਖੇਡੀ ਜਾਂਦੀ ਬੱਚੇ। ਉਦੋਂ ਸਹੇਲੀਆਂ ਦੇ ਕੋਈ ਵਿਆਹ ਸ਼ਾਦੀਆਂ ਤੇ ਵੀ ਤੁਸੀਂ ਜਾਂਦੀਆਂ ਹੋਣੀਆਂ? ਉਦੋਂ ਜਾਂਦੀ, ਜ਼ਰੂਰ ਜਾਂਦੀ। ਕਿਹੋ ਜਿਹੇ ਰੀਤੀ ਰਿਵਾਜ ਹੈਗੇ ਸੀ? ਰੀਤੀ ਰਿਵਾਜ ਗਰੀਬੀ ਵਾਲੇ ਉੱਥੇ ਅਸੀਂ ਤਾਂ ਵੇਖੇ ਨੇ, ਅਸੀਂ ਤਾਂ ਉਹ ਇਹ ਆ ਜਿਹੜੇ ਹੁਣ ਬਾਜ਼ਾਰ ਲੱਗਦੇ ਨਾ, ਇਹਨਾਂ ਦਾ ਉੱਥੇ ਨਾ ਹੀ ਕੋਈ ਨਹੀਂ। ਅੱਛਾ, ਕੋਈ ਅਮੀਰ ਤੋਂ ਅਮੀਰ ਹੈ ਨਾ, ਉਹ ਤਾਂ ਭਾਵੇਂ ਕੋਈ ਬੂੰਦੀ ਬਾਂਦੀ ਕਰ ਲੈ, ਉਹ ਨਹੀਂ ਰਿਵਾਜ ਆ। ਫਿਰ ਖਾਣੇ 'ਚ ਕੀ ਖਾਂਦੇ ਹੁੰਦੇ ਸੀਗੇ? ਕੁਛ ਕੜਾਹ, ਕੜਾਹ ਫਿੱਕੇ ਚਾਵਲ, ਦਾਲ ਫੁਲਕਾ, ਸਬਜ਼ੀ, ਪੇਠੇ ਦੀ ਪੇਠਾ ਪੂਠਾ, ਪੇਠੇ ਦੇ ਟੋਤੋ ਪੇਠਾ ਖਾ ਲਿਆ ਗਣੇ। ਅਸੀਂ ਉਹ ਜਿਹੜਾ ਨਾ, ਅਸੀਂ ਗਰਮੀਆਂ ਨੂੰ ਵਿਆਹ ਕਰਦੇ ਹਾਂ, ਸਰਦੀਆਂ ਨੂੰ ਘੱਟ ਕਰਦੇ ਹਾਂ। ਅੱਛਾ, ਆ ਕਿਤੇ ਸੋਡੇ ਵਾਲੀਆਂ ਬੋਤਲਾਂ, ਕਿਤੇ ਕੁਛ, ਹੁਣ ਤਮਾਸ਼ੇ ਬਣੇ ਨੇ। ਅਤੇ ਇਹ ਬਰਾਤ ਕਿੱਥੇ ਬਿਠਾਉਂਦੇ ਹੁੰਦੇ ਸੀਗੇ, ਸਕੂਲ 'ਚ ਕਿਸੇ 'ਚ ਜਾਂ ਕੋਈ? ਸਾਡੇ ਤਾਂ ਸਾਡੇ ਕੋਠੇ 'ਤੇ ਲਾ ਦਿੰਦੇ, ਕੋਠੇ ਦੇ ਉੱਪਰ। ਕਿਵੇਂ ਮਤਲਬ? ਕੱਪੜੇ ਵਿਛਾ ਦਿੱਤੇ ਥੱਲੇ, ਟੈਪ ਵਿਛਾ ਦਿੱਤੇ, ਟੁੱਤੇ ਬਾਹ ਦਿੱਤਾ, ਪਲੇਟਾਂ ਵਿੱਚ ਰੋਟੀਆਂ ਪਾ ਦਿੱਤੀਆਂ। ਬਰਾਤਾਂ ਫਿਰ ਕਹਿੰਦੇ ਕਾਫੀ ਕਾਫੀ ਦਿਨ ਰਹਿੰਦੀਆਂ ਹੁੰਦੀਆਂ ਸੀ? ਨਹੀਂ ਨਹੀਂ, ਕਾਫੀ ਦਿਨ ਕੀ, ਇੱਕ ਰਾਤ ਹੀ ਪਾਕਿਸਤਾਨ ਦਾ, ਇੱਕ ਰਾਤ। ਅੱਛਾ, ਜੋ ਨੇੜੇ ਨੇੜੇ ਹੁੰਦੀਆਂ ਨੇ। ਇੱਧੇ ਆਇਆ ਨਾ ਜਦੋਂ ਸਰਸੇ ਨੇ, ਸਾਡੇ ਰਿਸ਼ਤੇਦਾਰ ਗਏ ਚਲੇ ਤਾਂ ਸਰਸੇ ਨੇ ਵਿਆਹ ਕੀਤੇ, ਉਹ ਦੋ ਰਾਤਾਂ ਰਹਿੰਦੇ ਰਹੇ, ਕਿਉਂ ਗੱਡੀ ਚੜ੍ਹਨਾ ਇੱਥੋਂ, ਗੱਡੀ ਜਾ ਕੇ ਸ਼ਾਮ ਨੂੰ ਪਹੁੰਚਦੀ ਹੈ, ਉਹ ਰਾਤ ਪੈ ਜਾਣੀ ਸਵੇਰੇ, ਫਿਰ ਜੋ ਪਿੱਛੇ ਆਪਣੇ ਸੌਣ ਸੁੱਤੇ ਹੋ ਗਏ ਉਹ ਰਾਤ ਵੀ ਪੈ ਗਈ, ਸਵੇਰੇ ਉੱਥੋਂ ਉਹੀ ਆ ਗੱਡੀ ਚੜ੍ਹੇ ਅਤੇ ਵਾਪਸ। ਉਸ ਵਕਤ ਕਾਰਾਂ ਤਾਂ ਹੈ ਨਹੀਂ ਸੀ, ਅਤੇ ਬਰਾਤ ਆਉਂਦੀ ਕਿਵੇਂ ਸੀਗੀ, ਪੈਦਲ ਹੀ ਚੱਲ ਕੇ? ਤੁਹਾਨੂੰ ਦੱਸ ਦਿੱਤਾ ਨਾ ਵੀ ਇੱਥੋਂ ਗਏ ਚੱਕ ਪੱਖੀ ਚੜ੍ਹ ਗਏ, ਹਾਂਜੀ, ਅਤੇ ਸਰਸੇ ਜਾ ਕੇ ਉੱਤਰ ਗਏ। ਅੱਛਾ, ਮਤਲਬ ਪੈਦਲ ਹੀ ਸਾਰਾ ਕੁਛ, ਇੱਥੋਂ ਤਾਂ ਅੱਗੋਂ ਗੱਡੀ 'ਤੇ? ਹਾਂ, ਅੱਗੋਂ ਗੱਡੀ 'ਤੇ, ਅਤੇ ਬਸ ਗੱਡੀ 'ਤੇ ਉਤਰੇ ਅਤੇ ਫਿਰ ਪੈਦਲ ਤੁਰੇ ਆ। ਜਿਹੜੇ ਪਿੰਡ ਨੇੜੇ, 2 ਮੀਲ ਹੈ, 4 ਮੀਲ ਹੈ, ਭਾਵੇਂ 10 ਮੀਲ, ਤੁਰੇ ਆ, ਤਾਂ ਹੀ 2 ਰਾਤਾਂ ਪਾਉਂਦੇ। ਅੱਛਾ, ਸਵਾਰੀ ਭੁੱਲ ਗਿਆ ਯਾਰ, ਤਾਂ 2 ਰਾਤਾਂ ਪੈ। ਹਾਂ, ਇਸ ਤੋਂ ਛੋਟੇ ਦਾ ਅਸੀਂ ਵਿਆਹ ਕੀਤਾ ਤਾਂ ਸਰਸੇ ਹੀ ਅਸੀਂ ਜਾਣਾ ਬਰਾਤ, ਅਸੀਂ ਸਵੇਰੇ ਗੱਡੇ 'ਤੇ ਸਾਰੇ ਚੜ੍ਹੇ, ਉਸ ਗੱਡੇ ਬਣਾ ਲਿਆ ਪਸ਼ੂਆਂ ਨੇ। ਗੱਡੇ ਨੂੰ ਸਜਾਉਂਦੇ ਹੋਣੇ ਦਰੀਆਂ ਦੇ ਨਾਲ? ਨਾ ਨਾ, ਕੁਛ ਹੀ ਨਹੀਂ ਕਰਦੇ ਅਸੀਂ, ਅਸੀਂ ਤੋਂ ਜਿਵੇਂ ਗੱਡਾ ਖੜ੍ਹਾ ਹੈ ਉਹਦੇ ਵਿੱਚ ਬਹਿ ਗਿਆ ਸਵਾਰੀਆਂ ਸਾਰੀਆਂ, ਜਿਹੜੀ ਜਿਹੜੇ ਜਾਣਾ। ਉਸ ਇਹ ਜੇ ਆਮ ਥੋੜ੍ਹੇ ਹੁੰਦੇ ਵੀ ਅਗਲਿਆਂ ਦੇ ਘਰ ਹੀ ਮਰੀ ਜਾਂਦੇ ਅਤੇ ਪੈਲਸਾਂ ਮਰੀ ਜਾਂਦੇ ਆ, ਉੱਥੇ ਕੋਈ ਰਿਸ਼ਤੇਦਾਰ ਹੀ ਸੋੜੇ ਸੋੜੇ ਆਪੇ ਜਾਂਦੇ, ਕੀ ਕਰਨਾ ਉੱਥੇ ਜਾ ਕੇ, ਧੱਕੇ ਖਾਣੇ ਨਹੀਂ ਤਾਂ ਪੱਗ ਖਾਓ ਪੀਓ। ਅੱਛਾ, ਇਹ ਜੇ ਵਿਆਹ ਹੁੰਦੇ ਆ। ਅਤੇ ਗੀਤ ਅੱਜ ਕੱਲ੍ਹ DJ ਵਗੈਰਾ ਲਗਾਉਂਦੇ ਨੇ, ਹੈ ਨਾ, ਸ਼ੋਰ ਸ਼ਰਾਬਾ ਕੰਨਾਂ ਵਾਲਾ? ਇੱਕ ਢੋਲ ਬਸ, ਜਾਂ ਕੋਈ ਵੱਡੇ ਤੋਂ ਵੱਡਾ ਤਾਂ ਅੰਗਰੇਜ਼ੀ ਵਾਜੇ ਜ਼ਰੂਰ ਲੈ। ਉਹ ਢੋਲ 'ਤੇ ਤਾਂ ਬੰਦੇ ਨੱਚਦੇ ਹੋਣੇ, ਝੂਮਰ ਪਾਉਂਦੇ ਹੋਣੇ ਜਾਂ ਭੰਗੜਾ, ਅਤੇ ਫਿਰ ਜਨਾਨੀਆਂ ਕਿਵੇਂ ਨੱਚਦੀਆਂ ਸੀਗੀਆਂ? ਜਨਾਨੀਆਂ ਘਰੇ ਹੀ ਨੱਚਦੀਆਂ ਜਾਂ ਜਨਾਨੀਆਂ ਗਣੀ ਰਾਂਝੇ ਹੀ ਘਰੇ ਆਈਆਂ, ਨਾ ਕੋਈ ਮਾਂ ਜਾਣੀ ਅਤੇ ਨਾ ਕੋਈ ਇੱਕ ਬਹਿਣ ਚਲੀ ਜਾਣੀ, ਹਾਂ, ਜਾਂ ਭਰਜਾਈ ਚਲੀ ਜਾਣੀ, ਬਸ ਕੁੜੀਆਂ ਦਾ ਸ਼ਿਸ਼ਟਰ ਹੀ ਬਣਦਾ। ਮੇਰੇ ਦੇਰ ਦਾ ਵਿਆਹ ਹੋਇਆ, ਕੋਈ ਨਹੀਂ, ਅਸੀਂ ਗਏ ਘਰੇ, ਗਿੱਧਾ ਪਾ ਮਾਂ ਵੀ ਗਈ, ਨਾ ਮਾਂ ਗਈ ਅਤੇ ਨਾ ਭਰਜਾਈ ਗਈ, ਭੈਣ ਇੱਕੋ ਗਈ, ਪਰ ਨਾ ਤਾਂ ਲੈ ਆਈ ਹੁਣ ਤੱਕ ਕਿਧਰੇ, ਘਰੇ ਬੱਚਾ ਛੱਡਣਾ ਹੀ ਕੋਈ ਨਹੀਂ, ਤਾਲੇ ਲਾ ਕੇ ਜਾਂਦੇ ਨੇ ਹੁਣ ਤਾਂ ਸਿੱਧਾ ਬਰਾਤ ਜਾਣਾ। ਅਤੇ ਉਦੋਂ ਇਹ ਘਰ ਦੇ ਵਿੱਚ ਜਦੋਂ ਗਿੱਧਾ ਜਾਂ ਬੋਲੀਆਂ ਪਾਉਂਦੀਆਂ ਹੋਣੀਆਂ, ਕਿਹੋ ਜਿਹੀਆਂ ਬੋਲੀਆਂ ਹੁੰਦੀਆਂ ਸੀ, ਕੋਈ ਯਾਦ ਹੈਗਾ ਤੁਹਾਨੂੰ ਵੀ ਆਹ ਵਾਲੀ ਬੋਲੀ ਪਾਉਂਦੇ ਹੋ, ਬੜੀ ਮਸ਼ਹੂਰ ਸੀਗੀ ਉਦੋਂ? ਬਹੁਤ ਹੀ ਬੋਲੀਆਂ ਪਾਵੀ ਦੀਆਂ, ਕਿੰਨਾ ਕਿੰਨਾ 20-20 ਦਿਨ ਤਾਂ ਕੋਠਿਆਂ 'ਤੇ ਚੜ੍ਹਦੇ ਗੀਤ ਬੋਲੀ ਦੇ ਆ, 20-20 ਦਿਨ, ਹਾਂਜੀ, ਪਿਆ ਲਿਖੀ ਗਿਆ ਨਾ, ਹਾਂਜੀ, ਗੀਤ ਸ਼ੁਰੂ ਹੋ, ਆਪੇ ਸਾਦੇ ਹੋਣਾ ਸ਼ਾਮ ਨੂੰ ਘਰਾਂ ਵਿੱਚ, ਹੁਣ ਆ ਜਾਣਾ, ਗੀਤ ਬੋਲ ਲੈ, ਭਜਨ ਬੋਲ ਲੈ, ਉਹੀ ਬੋਲਦੇ। ਅਤੇ ਉਹ ਕਿਹੜਾ ਹੈਗਾ ਸੀ, ਕੋਈ ਯਾਦ ਹੈਗਾ ਤੁਹਾਨੂੰ ਪੁਰਾਣੇ ਵਕਤ ਦਾ, ਕੋਈ ਬੋਲੀ ਜਾਂ ਗੀਤ ਜਿਹੜਾ ਉਹ ਬੋਲਦੇ ਹੁੰਦੇ ਸੀਗੇ ਜਨਾਨੀਆਂ ਮਿਲ ਕੇ? ਜਨਾਨੀਆਂ ਤਾਂ ਬੋਲਦੀਆਂ ਬਈ, ਜਿਹੜੀਆਂ ਪੁੱਤਰ ਦਾ ਵਿਆਹ ਹੋਇਆ ਤਾਂ ਘੋੜੀਆਂ ਬੋਲਦੀਆਂ, ਘੋੜੀ ਕੋਈ ਯਾਦ ਹੋਵੇ? ਯਾਦ ਤਾਂ ਸਾਰੀਆਂ ਵਾਧੂ ਹੀ ਨੇ, ਸੁਣਾ ਦਿਓ ਮਾਤਾ ਇੱਕ ਦੀ। ਅਤੇ ਕੁੜੀ ਦਾ ਵਿਆਹ ਹੋਇਆ ਤਾਂ ਸੁਹਾਗ ਬੋਲਦੇ, ਸੁਹਾਗ ਬੋਲਦੇ, ਰਾਜੇ ਜਨਕ ਗਰ ਲੜਕੀ ਹੋਈ,
ਦਸ਼ਰਤ ਦੇ ਗਾਰੇ ਰਾਮ ਕੰਗਣਾ ਖੁੱਲਣਾ ਖੁੱਲਣਾ ਨਹੀਂ ਮਹਾਰਾਜ ਕੰਗਣਾ ਖੁੱਲਣਾ ਮਤਲਬ ਧਾਰਮਿਕ ਵੀ ਹੁੰਦਾ ਸੀਗਾ ਅੱਜ ਵਾਲੇ ਨਹੀਂ ਹੈਗੇ ਇਹ ਨਹੀਂ ਤਮਾਸ਼ੇ ਹੁੰਦੇ ਅੱਜ ਤਾਂ ਤਮਾਸ਼ੇ ਹੀ ਬਣੇ ਹੋਏ ਨੇ ਅਸੀਂ ਘੋੜੀਆਂ ਹੀਰੇ ਇਹ ਜਿਹੇ ਕੰਮ ਹੁੰਦੇ ਸੀ ਇਹੋ ਜਿਹੇ ਕੰਮ ਹੁੰਦੇ ਤੇ ਕੋਈ ਕਲਾਕਾਰ ਮੰਗਾਉਂਦੇ ਹੁੰਦੇ ਸੀਗੇ ਕੋਈ ਤਾਂ ਭਾਵੇਂ ਉਹੀਓ ਉਦੋਂ ਪੰਜਰੀਆਂ ਸਦੀ ਦੀਆਂ ਕਲਾਕਾਰ ਨਹੀਂ ਸਦੀਂਦੇ ਆ ਅੱਛਾ ਹਾਂ ਉਹਨਾਂ ਦਾ ਡੇਰਾ ਸਾਡੇ ਪਿੰਡ ਦੇ ਨੇੜੇ ਹੀ ਆ ਜਿਹੜਾ ਸ਼ਹਿਰ ਆ ਨਾ ਮੰਡੀ ਆਈ ਨਾ ਹਵੇਲੀ ਦੇ ਕੋਲ ਹਵੇਲੀ ਉੱਥੇ ਉਹ ਕੰਜਰਾਂ ਦਾ ਡੇਰਾ ਹਾਂ ਉੱਥੇ ਡੇਰਾ ਹੈਗਾ ਹਾਂ ਉੱਥੇ ਜਿਸ ਨੂੰ ਲੋੜ ਆਈ ਉਹ ਸਾਧ ਲੈ ਉਹ ਬੋਲ ਅੱਛਾ ਵਾਢੇ ਦਾ ਕਾਟਾਂ ਵਾਲੇ ਉਸਲ ਕੋਈ ਕੋਈ ਹਾਂ ਉਹਦੇ 'ਤੇ ਕਿਹੜਾ ਗਾਣਾ ਚੱਲਦਾ ਹੁੰਦਾ ਸੀ ਦੁੱਕੀ ਵਾਲਾ ਜਾਂ ਹੋਰ ਕੋਈ ਵੀ ਉਹ ਜਿਹੜੇ ਵਾਜੇ ਵਜਾਉਂਦੇ ਹੁੰਦੇ ਸੀਗੇ ਉਹ ਕੰਜਰੀਆਂ ਵਾਲੇ ਤਾਂ ਕੰਜਰੀਆਂ ਵਾਲੇ ਕੰਮ ਹੀ ਹੁੰਦੇ ਫਿਰ ਲੁਕੀਆਂ ਵਾਲੇ ਤਾਂ ਭਾਵੇਂ ਘੇਰ ਚੁੱਕੀਆਂ ਵਾਲੇ ਭਾਵੇਂ ਜੇ ਜੇ ਮਰਜ਼ੀ ਅਗਲੀਆਂ ਬੋਲਦੀਆਂ ਉਹ ਉਹੋ ਜਿਹੇ ਸੀ ਹਾਂ